ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅਮਨਦੀਪ ਰਾਏ ਪਿੰਡ ਸਰੀ ਤੋਂ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ ਮੇਰੇ ਚੈਨਲ ਕੁਕਿੰਗ ਵਿਦ ਫਤਿਹ ਜ਼ਮਾਮ 'ਤੇ। ਸੋ ਫਰੈਂਡਸ, ਅੱਜ ਮੈਂ ਤੁਹਾਡੇ ਨਾਲ ਰੈਸਿਪੀ ਸ਼ੇਅਰ ਕਰਨ ਜਾ ਰਹੀ ਹਾਂ ਅਲਸੀ ਦੀ ਪਿੰਨੀਆਂ ਦੀ। ਸੋ ਜਿਵੇਂ ਕਿ ਹੁਣ ਇੰਡੀਆ ਅਤੇ ਕੈਨੇਡਾ ਦੋਵੇਂ ਜਗ੍ਹਾ 'ਤੇ ਠੰਡ ਸ਼ੁਰੂ ਹੋ ਰਹੀ ਹੈ ਅਤੇ ਹਰ ਘਰ ਦੇ ਵਿੱਚ ਪਿੰਨੀਆਂ ਜ਼ਰੂਰ ਬਣਦੀਆਂ ਸੀ, ਪਰ ਜਿਨ੍ਹਾਂ ਨੂੰ ਨਹੀਂ ਬਣਾਉਣੀਆਂ ਆਉਂਦੀਆਂ ਤੁਸੀਂ ਦੇਖ ਕੇ ਬਣਾ ਸਕਦੇ ਹੋ। ਬਹੁਤ ਈਜ਼ੀ ਰੈਸਿਪੀ ਆ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸਟਾਰਟ ਕਰਦੇ ਅੱਜ ਦੀ ਰੈਸਿਪੀ। ਜੇਕਰ ਮੇਰੀਆਂ ਵੀਡੀਓਜ਼ ਤੁਸੀਂ ਦੇਖਣਾ ਪਸੰਦ ਕਰਦੇ ਹੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮੇਰੀਆਂ ਨਵੀਆਂ ਆਉਣ ਵਾਲੀਆਂ ਵੀਡੀਓਜ਼ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ। ਪਿੰਨੀਆਂ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਅਲਸੀ ਨੂੰ ਡਰਾਈ ਰੋਸਟ ਕਰਾਂਗੇ। ਅਸੀਂ ਇੱਥੇ 400 ਗ੍ਰਾਮ ਅਲਸੀ ਲੈ ਰਹੇ ਹਾਂ। ਅਲਸੀ ਨੂੰ ਡਰਾਈ ਰੋਸਟ ਕਰਨ ਲਈ ਫਲੇਮ ਨੂੰ ਅਸੀਂ ਮੀਡੀਅਮ ਰੱਖਾਂਗੇ, ਜ਼ਿਆਦਾ ਹਾਈ ਨਾ ਕਰ ਲਿਓ, ਨਹੀਂ ਤਾਂ ਇੱਕੋ ਦਮ ਅਲਸੀ ਤੁਹਾਡੀ ਸੜ ਜਾਣੀ ਆ। ਤੁਹਾਨੂੰ ਦੇਖ ਕੇ ਆਪ ਹੀ ਪਤਾ ਲੱਗ ਜਾਣਾ ਹੈ ਕਿ ਅਲਸੀ ਸਾਡੀ ਭੁੱਜ ਗਈ ਆ, ਕਿਉਂਕਿ ਜਦੋਂ ਅਲਸੀ ਭੁੱਜਦੀ ਆ ਤਾਂ ਇਹ ਚਟਕਣਾ ਸ਼ੁਰੂ ਕਰ ਦਿੰਦੀ ਆ, ਉਹਦੀ ਆਵਾਜ਼ ਤੋਂ ਤੁਹਾਨੂੰ ਪਤਾ ਲੱਗ ਜਾਊਗਾ। ਅਲਸੀ ਸਾਡੀ ਭੁੱਜ ਗਈ ਆ, ਇਹਨੂੰ ਅਸੀਂ ਸਾਈਡ 'ਤੇ ਰੱਖਾਂਗੇ ਔਰ ਥੋੜ੍ਹਾ ਟਾਈਮ ਠੰਡਾ ਹੋਣ ਦੇ ਬਾਅਦ ਇਹਨੂੰ ਗ੍ਰਾਇੰਡ ਕਰ ਲਵਾਂਗੇ। ਉਹਨੇ 'ਚ ਚੱਲਦੇ ਆਪਣੇ ਅਗਲੇ ਸਟੈਪ ਵੱਲ। ਇੱਥੇ ਅਸੀਂ ਕੜਾਈ ਦੇ ਵਿੱਚ ਲੈ ਰਹੇ ਹਾਂ 400 ਗ੍ਰਾਮ ਹੀ ਦੇਸੀ ਘਿਓ। ਅਸੀਂ ਜਿੰਨੀ ਅਲਸੀ ਲਈ ਸੀ ਓਨਾ ਹੀ ਘਿਓ ਲਵਾਂਗੇ ਔਰ ਘਿਓ ਗਰਮ ਹੋਣ 'ਤੇ ਫਿਰ ਅਸੀਂ ਇਹਦੇ ਵਿੱਚ ਆਟਾ ਪਾਵਾਂਗੇ। ਆਟਾ ਵੀ ਅਸੀਂ 400 ਗ੍ਰਾਮ ਹੀ ਲਵਾਂਗੇ, ਜਿੰਨਾ ਅਲਸੀ ਲਈ ਆ ਉਹਦੇ ਬਰਾਬਰ ਹੀ ਅਸੀਂ ਆਟਾ ਪਾਵਾਂਗੇ। ਹੁਣ ਅਸੀਂ ਘਿਓ ਦੇ ਵਿੱਚ ਐਡ ਕਰ ਰਹੇ ਹਾਂ 400 ਗ੍ਰਾਮ ਆਟਾ। ਅਸੀਂ ਜਿੰਨੀ ਅਲਸੀ ਪਾਈ ਦੀ ਆ ਓਨਾ ਹੀ ਆਟਾ ਇਸ ਕਰਕੇ ਪਾਈਦਾ ਕਿ ਅਲਸੀ ਦਾ ਟੇਸਟ ਵੀ ਵਧੀਆ ਆਵੇ ਔਰ ਅਸਰ ਵੀ ਜ਼ਿਆਦਾ ਹੋਵੇ। ਜੇ ਤੁਸੀਂ ਚਾਹੁੰਦੇ ਹੋ ਕਿ ਆਟਾ ਜ਼ਿਆਦਾ ਕਰਨਾ ਹੈ, ਅਲਸੀ ਥੋੜ੍ਹੀ ਘੱਟ ਪਾਉਣੀ ਹੈ, ਤੁਸੀਂ ਉਵੇਂ ਵੀ ਕਰ ਸਕਦੇ ਹੋ, ਪਰ ਫਿਰ ਅਲਸੀ ਦਾ ਸਵਾਦ ਘੱਟ ਆਊਗਾ ਉਹਦੇ ਵਿੱਚ। ਹੁਣ ਅਸੀਂ ਆਟੇ ਨੂੰ ਮੀਡੀਅਮ ਫਲੇਮ ਦੇ ਉੱਤੇ ਭੁੰਨ ਲਵਾਂਗੇ ਚੰਗੀ ਤਰ੍ਹਾਂ। ਆਟਾ ਕੱਚਾ ਨਹੀਂ ਰਹਿਣਾ ਚਾਹੀਦਾ। ਆਟਾ ਸਾਡਾ ਭੁੱਜਣਾ ਸਟਾਰਟ ਹੋ ਚੁੱਕਿਆ, ਬਸ ਆਪਾਂ ਇਹਨੂੰ ਥੋੜ੍ਹਾ ਜਿਹਾ ਹੋਰ ਭੁੰਨਾਂਗੇ। ਭੁੱਜੇ ਆਟੇ ਦੀ ਨਿਸ਼ਾਨੀ ਹੁੰਦੀ ਹੈ ਕਿ ਆਟਾ ਇੱਕ ਤਾਂ ਘਿਓ ਛੱਡਣਾ ਸ਼ੁਰੂ ਕਰ ਦਿੰਦਾ, ਦੂਜਾ ਇਹਦੇ ਉੱਪਰ ਨਿੱਕੇ ਨਿੱਕੇ ਬਬਲ ਲਾਉਣੇ ਸਟਾਰਟ ਹੋ ਜਾਂਦੇ ਆ, ਔਰ ਤੀਜਾ ਭੁੱਜੇ ਹੋਏ ਆਟੇ ਦੀ ਬਹੁਤ ਹੀ ਸੋਹਣੀ ਖੁਸ਼ਬੂ ਆਉਣ ਲੱਗ ਜਾਂਦੀ ਆ। ਆਟਾ ਭੁੱਜ ਚੁੱਕਿਆ, ਹੁਣ ਅਸੀਂ ਆਟੇ ਦੇ ਵਿੱਚ ਗ੍ਰਾਇੰਡ ਕੀਤੀ ਹੋਈ ਅਲਸੀ ਐਡ ਕਰਾਂਗੇ। ਫਲੇਮ ਨੂੰ ਹਲੇ ਵੀ ਅਸੀਂ ਬੰਦ ਨਹੀਂ ਕੀਤਾ, ਮੀਡੀਅਮ ਕਰ ਲਿਆ ਔਰ ਆਟੇ ਦੇ ਨਾਲ ਅਲਸੀ ਨੂੰ ਅਸੀਂ 3-4 ਮਿੰਟ ਲਈ ਭੁੰਨ ਲਵਾਂਗੇ। ਅਲਸੀ ਨੂੰ ਅਸੀਂ ਬਹੁਤ ਜ਼ਿਆਦਾ ਬਰੀਕ ਨਹੀਂ ਗ੍ਰਾਇੰਡ ਕੀਤਾ, ਹਲਕਾ ਜਿਹਾ ਦਰਦਰਾ ਪਾਊਡਰ ਰੱਖਾਂਗੇ। ਬਹੁਤ ਜ਼ਿਆਦਾ ਦਰਦਰਾ ਵੀ ਨਹੀਂ ਹੋਣਾ ਚਾਹੀਦਾ, ਪਰ ਬਹੁਤਾ ਜ਼ਿਆਦਾ ਬਰੀਕ ਵੀ ਨਹੀਂ ਹੋਣਾ ਚਾਹੀਦਾ। ਅਲਸੀ ਆਟੇ ਨੂੰ ਭੁੰਨਦੇ ਹੋਏ ਨਾਲ ਹੀ ਅਸੀਂ ਇੱਥੇ ਐਡ ਕਰ ਲਵਾਂਗੇ ਥੋੜ੍ਹੇ ਜਿਹੇ ਡਰਾਈ ਫਰੂਟ। ਅਸੀਂ ਇੱਥੇ ਪਾਏ ਆ ਅਖਰੋਟ, ਬਦਾਮ ਅਤੇ ਸਨਫਲਾਵਰ ਸੀਡਸ। ਕੁਆਂਟਿਟੀ ਤੁਸੀਂ ਆਪਦੀ ਚੋਇਸ ਦੇ ਅਕੋਰਡਿੰਗ ਪਾ ਸਕਦੇ ਹੋ। 1 ਚਮਚ ਅਜਵਾਇਨ ਪਾਈ ਹੈ। ਹੁਣ ਇਹਨਾਂ ਨੂੰ ਵੀ ਅਸੀਂ ਥੋੜ੍ਹਾ ਜਿਹਾ ਮਿਕਸ ਕਰ ਲੈਂਦੇ ਹਾਂ। ਡਰਾਈ ਫਰੂਟ ਤੁਸੀਂ ਆਪਦੀ ਪਸੰਦ ਦੇ ਕੋਈ ਵੀ ਪਾ ਸਕਦੇ ਹੋ ਔਰ ਕੋਕੋਨਟ ਵੀ ਪਾਇਆ ਜਾ ਸਕਦਾ, ਔਰ ਅਜਵਾਇਨ ਪਾਉਣਾ ਵੀ ਆਪਸ਼ਨਲ ਆ। ਆਟਾ ਅਲਸੀ ਸਾਡੇ ਵਧੀਆ ਤਰੀਕੇ ਨਾਲ ਭੁੱਜ ਚੁੱਕੇ ਆ, ਬਸ ਹੁਣ ਅਸੀਂ ਫਲੇਮ ਤੋਂ ਉਤਾਰ ਲਵਾਂਗੇ ਔਰ ਚੱਲਦੇ ਆਪਣੇ ਅਗਲੇ ਸਟੈਪ ਵੱਲ। ਹੁਣ ਅਸੀਂ ਇੱਥੇ ਇੱਕ ਪੈਨ ਲੈ ਰਹੇ ਹਾਂ ਅਤੇ ਪੈਨ ਦੇ ਵਿੱਚ ਅਸੀਂ 400 ਗ੍ਰਾਮ ਹੀ ਗੁੜ ਪਾਇਆ। ਜਿੰਨਾ ਆਟਾ ਸੀ ਅਸੀਂ ਉਹਦੀ ਬਰਾਬਰ ਦੀ ਕੁਆਂਟਿਟੀ 'ਚ ਗੁੜ ਪਾਇਆ ਔਰ 4-5 ਚਮਚ ਅਸੀਂ ਪਾਣੀ ਦੇ ਪਾਵਾਂਗੇ। ਹੁਣ ਮੀਡੀਅਮ ਫਲੇਮ 'ਤੇ ਗੁੜ ਨੂੰ ਹਿਲਾਉਂਦੇ ਹੋਏ ਅਸੀਂ ਮੈਲਟ ਕਰ ਲਵਾਂਗੇ। ਇਹਦੀ ਕੋਈ ਚਾਸ਼ਨੀ ਵਗੈਰਾ ਨਹੀਂ ਬਣਾਉਣੀ, ਬਸ ਅਸੀਂ ਗੁੜ ਨੂੰ ਮੈਲਟ ਹੀ ਕਰਨਾ ਆ। ਗੁੜ ਦੀ ਜਗ੍ਹਾ 'ਤੇ ਅਸੀਂ ਗੁੜ ਵਾਲੀ ਸ਼ੱਕਰ ਵੀ ਪਾ ਸਕਦੇ ਹਾਂ, ਉਹਨੂੰ ਇਸ ਤਰੀਕੇ ਨਾਲ ਮੈਲਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਪਰ ਤੁਹਾਨੂੰ ਪਿੰਨੀਆਂ 'ਚ ਥੋੜ੍ਹਾ ਜਿਹਾ ਘਿਓ ਵੱਧ ਪਾਉਣਾ ਪੈਣਾ, ਜਿਹਦੇ ਨਾਲ ਕਿ ਪਿੰਨੀਆਂ ਫਿਰ ਸਾਨੂੰ ਵੱਟਣੀਆਂ ਸੌਖੀਆਂ ਰਹੂਗੀਆਂ, ਨਹੀਂ ਤਾਂ ਸ਼ੱਕਰ ਪਾਇਆ ਕਈ ਵਾਰ ਪਿੰਨੀਆਂ ਨਹੀਂ ਵੱਟੀਆਂ ਜਾਂਦੀਆਂ। ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਗੁੜ ਸਾਡਾ ਮੈਲਟ ਹੋਣਾ ਸ਼ੁਰੂ ਹੋ ਚੁੱਕਿਆ। ਗੁੜ ਨੂੰ ਮੈਲਟ ਕਰਦੇ ਹੋਏ ਫਲੇਮ ਨੂੰ ਅਸੀਂ ਜ਼ਿਆਦਾ ਹਾਈ ਨਹੀਂ ਕਰਨਾ, ਨਹੀਂ ਤਾਂ ਸਾਡੇ ਗੁੜ ਦੀ ਪੱਤ ਚੜ੍ਹ ਜਾਣੀ ਹੈ ਅਤੇ ਫਿਰ ਪਿੰਨੀਆਂ ਨਹੀਂ ਵੱਟੀਆਂ ਜਾਣੀਆਂ, ਉਹ ਪੰਜੀਰੀ ਵਰਗੂ ਥੋੜ੍ਹਾ ਹੋ ਜਾਊਗਾ। ਹੁਣ ਅਸੀਂ ਗਰਮਾ ਗਰਮ ਗੁੜ ਨੂੰ ਆਟੇ ਦੇ ਵਿੱਚ ਮਿਕਸ ਕਰਾਂਗੇ। ਆਟਾ ਵੀ ਸਾਡਾ ਜ਼ਿਆਦਾ ਠੰਡਾ ਨਹੀਂ ਹੋਣਾ ਚਾਹੀਦਾ, ਗਰਮ ਹੀ ਹੋਣਾ ਚਾਹੀਦਾ ਆ। ਜੇ ਠੰਡਾ ਹੋਇਆ ਤਾਂ ਗੁੜ ਨੇ ਮਿਕਸ ਨਹੀਂ ਹੋਣਾ, ਪਰ ਜੇ ਤੁਹਾਡੇ ਆਟੇ ਭੁੱਜੇ ਨੂੰ ਟਾਈਮ ਹੋ ਗਿਆ ਔਰ ਥੋੜ੍ਹਾ ਠੰਡਾ ਹੋ ਚੁੱਕਿਆ, ਤੁਸੀਂ ਫਿਰ ਨਾਲ ਨਾਲ ਆਟੇ ਨੂੰ ਵੀ ਥੋੜ੍ਹਾ ਜਿਹਾ ਪਹਿਲਾਂ ਗਰਮ ਕਰਕੇ ਅਤੇ ਫਿਰ ਦੋਵੇਂ ਚੀਜ਼ਾਂ ਗਰਮਾ ਗਰਮ ਹੀ ਮਿਕਸ ਕਰਿਓ। ਅਲਸੀ ਦੀਆਂ ਪਿੰਨੀਆਂ ਬਣਾਉਣ ਲਈ ਰੇਸ਼ੋ ਬਹੁਤ ਹੀ ਜ਼ਿਆਦਾ ਸਿੰਪਲ ਹੁੰਦਾ, ਇਹਦੇ ਵਿੱਚ ਸਾਰੀਆਂ ਚੀਜ਼ਾਂ ਬਰਾਬਰ 'ਚ ਪਾਉਣੀਆਂ ਹੁੰਦੀਆਂ। ਜਿਵੇਂ ਅਸੀਂ 400 ਗ੍ਰਾਮ ਅਲਸੀ ਲਈ ਸੀ ਅਤੇ 400 ਗ੍ਰਾਮ ਹੀ ਆਟਾ ਪਾਇਆ, 400 ਗ੍ਰਾਮ ਘਿਓ ਅਤੇ 400 ਗ੍ਰਾਮ ਗੁੜ। ਲਓ ਜੀ, ਆਟਾ ਅਤੇ ਗੁੜ ਸਾਡੇ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ। ਇਹਨੂੰ 5-7 ਮਿੰਟ ਲਈ ਅਸੀਂ ਐਵੇਂ ਰਹਿਣ ਦੇਵਾਂਗੇ।
और ਜਦੋਂ ਥੋੜਾ ਜਿਹਾ ਠੰਡਾ ਹੋ ਜੂਗੇ ਜਦੋਂ ਅਸੀਂ ਇਹਦੀਆਂ ਪਿੰਨੀਆਂ ਵੱਟ ਸਕੀਏ ਬਸ ਇਹਦੀਆਂ ਪਿੰਨੀਆਂ ਵੱਟਣਾ ਸ਼ੁਰੂ ਕਰ ਦੇਵਾਂਗੇ ਪਰ ਬਹੁਤ ਜ਼ਿਆਦਾ ਵੀ ਅਸੀਂ ਇਹਨੂੰ ਠੰਡਾ ਨਹੀਂ ਕਰਨਾ ਫਿਰ ਪਿੰਨੀਆਂ ਵੱਟੀਆਂ ਨਹੀਂ ਜਾਣੀਆਂ ਲਓ ਜੀ ਸਾਡੀ ਪਹਿਲੀ ਪਿੰਨੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਪਿੰਨੀ ਬਣੀ ਆ ਸਾਡੀ ਸੋ ਇੱਥੇ ਹੀ ਕਰਦੇ ਹਾਂ ਅੱਜ ਦੀ ਵੀਡੀਓ ਦਾ ਐਂਡ ਵੀਡੀਓ ਕਿਵੇਂ ਲੱਗੀ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਪਸੰਦ ਆਈ ਫੈਮਿਲੀ ਅਤੇ ਫਰੈਂਡਸ ਨਾਲ ਸ਼ੇਅਰ ਕਰਿਓ और हले तक चैनल नू सब्सक्राइब नहीं किया तो चैनल नू सब्सक्राइब करो जल्दी मिलांगे एक नवी वीडियो दे नाल तद तक लई सत श्री अकाल थैंक्स फॉर वॉचिंग माई वीडियोज़।